बर्थडे वगैरह भी कर दीजिए। बाहर का व्यू मेन्यू वगैरह ले। हाँ जी हाँ जी हाँ जी। सत श्रीकाल सारिआं नूं, की हाल चाल? उम्मीद करदी सारे जणे बहुत वधिया होवे। सत श्रीकाल जी, होर सुनाओ की हाल चाल है? आप आए ही हैलो फूड ते, ਤੇ ਆਪਾਂ ਅੰਮ੍ਰਿਤਸਰ ਤੇ ਜਲੰਧਰ ਦਾ ਜਿਹੜਾ ਹੈਲੋ ਫੂਡ ਵੇਖਿਆ, ਤੁਸੀਂ ਵੇਖਿਆ? ਹਾਂ ਮੈਂ ਵੇਖਿਆ ਸੀ, ਮੈਂ ਪਹੁੰਚੀ ਵੇਖਿਆ। ਅੱਛਾ ਅੱਛਾ, ਤੁਸੀਂ ਪਹੁੰਚੀ ਵੇਖਿਆ? ਹਾਂ ਹਾਂ। ਤੇ ਅੱਜ ਤੁਹਾਨੂੰ ਵਿਖਾਉਂਦੇ ਹਾਂ ਕਾਦੀਆਂ ਦਾ ਹੈਲੋ ਫੂਡ, ਅਤੇ ਆਪਾਂ ਵੀ ਪਹਿਲੀ ਵਾਰੀ ਇੱਥੇ ਆਏ ਹਾਂ ਅਤੇ ਆ ਕੇ ਬਹੁਤ ਵਧੀਆ ਲੱਗਿਆ। ਵੈਸੇ ਬਹੁਤ ਸੋਹਣਾ ਬਣਿਆ ਹੋਇਆ ਉੱਪਰ, ਜਿਹੜਾ ਵਾ ਇੱਥੇ ਬਰਥਡੇ ਵਗੈਰਾ ਸੈਲੀਬ੍ਰੇਟ ਕਰਨਾ ਹੋਏ, ਕੋਈ ਵੀ ਪਾਰਟੀ ਵਗੈਰਾ ਕਰਨੀ ਹੋਏ ਛੋਟੀ ਮੋਟੀ, ਤਾਂ ਉਹ ਤੁਸੀਂ ਕਰ ਸਕਦੇ ਇੱਥੇ। ਵਿਊ ਬਹੁਤ ਸੋਹਣਾ ਵਾ ਇਹਦਾ, ਖਾ ਕੇ ਟੇਸਟ ਵੇਖਾਂਗੇ ਹੁਣ। ਖਾ ਕੇ ਜਿਹੜਾ ਟੇਸਟ ਤੁਹਾਨੂੰ ਦੱਸਾਂਗੇ ਕਿਸ ਤਰ੍ਹਾਂ ਦਾ ਵਾ ਹਰ ਇੱਕ ਚੀਜ਼ ਦਾ। ਅਤੇ ਜਿਹੜਾ ਜਿੱਦਾਂ ਮਤਲਬ ਆਪਾਂ ਜਲੰਧਰ ਵੇਖਿਆ ਸੀ ਬਣਿਆ ਹੋਇਆ, ਜਾਂ ਅੰਮ੍ਰਿਤਸਰ ਵੇਖਿਆ ਸੀ, ਉੱਦਾਂ ਦਾ ਸੇਮ ਟੂ ਸੇਮ ਮਤਲਬ ਇੱਥੇ ਬਣਿਆ ਹੋਇਆ ਵਾ, ਕੋਈ ਉਹ ਨਹੀਂ ਚੇਂਜ ਨਹੀਂ ਹੈਗਾ, ਸੇਮ ਉੱਦਾਂ ਹੀ ਬਣਿਆ ਹੋਇਆ। ਆਪਾਂ ਜਿਹੜਾ ਵਾ ਇੱਥੇ ਬੈਠੇ ਹੋਏ ਹਾਂ ਅਤੇ ਬਾਹਰ ਦਾ ਵਿਊ ਜਿਹੜਾ ਉਹ ਦੇਖ ਰਿਹਾ। ਬਾਹਰ ਦਾ ਵਿਊ ਜਿਹੜਾ ਦਿਖ ਲਿਆ ਆਪਾਂ ਇੱਥੇ ਬੈਠੇ ਹੋਏ ਉੱਪਰ, ਅਤੇ ਨੀਚੇ ਤੁਹਾਨੂੰ ਜਿਹੜਾ ਦਿਖਾ ਤਾ, ਅਤੇ ਉੱਪਰ ਆ ਕੇ ਅਸਾਂ ਜਿਹੜੇ ਅਸੀਂ ਬੈਠੇ ਹਾਂ, ਅਤੇ ਇੱਧਰ ਲਾਈਟਾਂ ਵਗੈਰਾ ਬਹੁਤ ਸੋਹਣੀਆਂ ਲੱਗੀਆਂ, ਇੱਥੇ ਪਿੱਛੇ ਡੈਕੋਰੇਸ਼ਨ ਬਹੁਤ ਸੋਹਣੀ ਕੀਤੀ ਹੋਈ ਆ ਜਿੱਦਾਂ ਕਿ ਤੁਸੀਂ ਦੇਖਿਆ ਹੋਣਾ। ਸਾਡੇ ਕੋਲ ਪਹੁੰਚ ਚੁੱਕਾ ਮੈਨਿਊ, ਤੁਸੀਂ ਵੇਖ ਸਕਦੇ ਹੋ ਆਪਣੀ ਪਸੰਦ ਦੀ ਜਿਹੜੀ ਕੋਈ ਵੀ ਚੀਜ਼ ਮੰਗਵਾਉਣੀ ਹੋਵੇ ਮੰਗਵਾ ਸਕਦੇ ਹੋ ਆਪਣੇ ਬਜਟ ਦੇ ਅਕੋਰਡਿੰਗ। ਆਪਾਂ ਜਿਹੜਾ ਔਡਰ ਕਰਤਾ ਵਾ ਅਤੇ ਕੀ ਕੀਤਾ ਔਡਰ ਦੱਸੋ? ਓਰੀਓ ਸ਼ੇਕ ਚੋਕਲੇਟ ਵਾਲਾ, ਇੱਕ ਪੀਜ਼ਾ ਸਮਾਲ, ਇੱਕ ਬਰਗਰ ਪਿਆ। ਅੱਛਾ, ਅਤੇ ਬਾਕੀ ਖਾ ਕੇ ਵੇਖਾਂਗੇ, ਖਾ ਕੇ ਵੇਖਾਂਗੇ ਤੁਹਾਨੂੰ ਟੇਸਟ ਦੱਸਾਂਗੇ। ਅਤੇ ਜੇ ਚੰਗਾ ਹੋਇਆ, ਨਾ ਵੀ ਚੰਗਾ ਹੋਇਆ ਤਾਂ ਵੀ ਲੋਕਾਂ ਨੇ ਆਉਣਾ ਹੀ ਆਉਣਾ, ਬਟ ਆਪਾਂ ਮਤਲਬ ਰੀਅਲ ਦੱਸਾਂਗੇ ਕਿ ਉਹਦਾ ਟੇਸਟ ਕਿੱਦਾਂ ਦਾ ਵਾ, ਫਿਰ ਤੁਸੀਂ ਇੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ। ਔਡਰ ਜਿਹੜਾ ਸਾਡਾ ਆ ਚੁੱਕਾ ਅਤੇ ਇਹ ਪੀਜ਼ਾ, ਇਹ ਜਿਹੜਾ ਸਰਵ ਵਗੈਰਾ ਕਰਦੇ ਉਹ ਵੀ ਤਰੀਕਾ ਬੜਾ ਵਧੀਆ ਇਹਨਾਂ ਦਾ, ਅਤੇ ਇੱਧਰ ਆ ਬਰਗਰ ਅਤੇ ਇਹ ਸ਼ੇਕ। ਜਿੰਨਾ ਕੁ ਮਤਲਬ ਮੇਰੇ ਕੋਲ ਖਾਧਾ ਜਾਂਦਾ ਉਨਾ ਕੁ ਮੰਗਵਾਇਆ, ਵਾਧੂ ਮੰਗਵਾ ਕੇ ਵੀ ਜਿਹੜਾ ਵੇਸਟ ਹੀ ਕਰਨਾ ਹੈ। ਤੈਨੂੰ ਖਾ ਕੇ ਜਿਹੜਾ ਉਹ ਮੈਂ ਦੱਸਦੀ ਹਾਂ ਬਰਗਰ ਜਿਹੜਾ ਉਹ ਕਿਸ ਤਰ੍ਹਾਂ ਦਾ। ਤੁਸੀਂ ਆ ਨਹੀਂ ਰਹੇ ਵਿੱਚ? ਇਸ ਨੂੰ ਨਾ 10 ਚੋਂ 8.5 ਦੇਵਾਂਗੇ, ਮਤਲਬ ਠੀਕ ਆ। 100 ਨੋਟ ਬੈਡ। ਬਰਗਰ ਖਾਸ ਸਵਾਦ ਨਹੀਂ ਹੈਗਾ, ਟੇਸਟ ਨਹੀਂ ਹੈਗਾ ਉਹ ਜਿਹਾ।
ਇੰਨਾ ਟੇਸਟੀ ਨਹੀਂ ਹੈਗਾ ਬਰਗਰ। ਸ਼ੇਪ ਠੀਕ ਦੇਵਾਂਗੇ 10 ਚੋਂ 9 ਸਹੀ ਹੈ ਨਾ ਸ਼ੇਪ ਠੀਕ ਬਰਗਰ ਨਹੀਂ ਦੇ ਹਰ ਇੱਕ ਦਾ ਜਿਹੜਾ ਆਪਣਾ ਆਪਣਾ ਟੇਸਟ ਹੁੰਦਾ ਬਟ ਮੈਨੂੰ ਜਿਹੜਾ ਉਹ ਜ਼ਿਆਦਾ ਵਧੀਆ ਨਹੀਂ ਲੱਗਿਆ ਜਿਹੜਾ ਕਿ ਅਦਰ ਵਗੈਰਾ ਖਾਈਦੇ ਆ ਨਾ ਉਹਦੇ ਮੁਕਾਬਲੇ ਠੀਕ ਆ ਪੀਜ਼ਾ ਅੱਛਾ ਹੈ ਪੀਜ਼ਾ ਸਵਾਦ ਬਰਗਰ ਨਾਲੋਂ ਠੀਕ ਆ ਉਹਦਾ ਬਜਟ ਦੇ ਅਕੋਰਡਿੰਗ ਵੇਖਿਆ ਤਾਂ ਬਹੁਤ ਸਵਾਦ ਹੈ ਕੀ ਖਿਆਲ ਹੈ 240 ਟੋਟਲ ਬਿੱਲ ਬਣਿਆ ਬਜਟ ਜਿਹੜਾ ਬਣਿਆ ਜਿਹੜਾ ਬਿੱਲ ਬਣਿਆ ਉਹ 240 ਬਣਿਆ ਬਸ ਚੀਜ਼ਾਂ ਦੇ ਮੁਕਾਬਲੇ ਠੀਕ ਆ ਨਾ ਉਹ ਤਾਂ ਜੋ ਮੈਨਿਊ 'ਤੇ ਲੱਗਾ ਹੋਇਆ ਰੇਟ ਉਹੀ ਲਾਉਂਦੇ ਹਾਂ 120 ਦਾ ਜਿਹੜਾ ਪੀਜ਼ਾ ਸੀ 220 ਦਾ 290 ਦਾ ਜਿਹੜਾ ਹੈਗਾ ਜੀ ਬਰਗਰ ਆਪਾਂ ਜਿਹੜਾ ਵਾ ਉਹ ਖਾ ਲਿਆ ਖਾ ਪੀ ਲਿਆ ਹੁਣ ਆਪਾਂ ਬਿੱਲ ਪੇ ਕਰਦੇ ਹਾਂ ਨੀਚੇ ਜਾ ਕੇ ਅਤੇ ਫਿਰ ਆਪਾਂ ਚੱਲਦੇ ਹਾਂ ਕਿਉਂਕਿ ਇੱਥੇ ਜਿਹੜੀ ਸਰਵਿਸ ਆ ਉਹ ਮਤਲਬ ਜਿੱਦਾਂ ਔਡਰ ਕਰਨਾ ਪੈਂਦਾ ਅਤੇ ਆਪ ਹੀ ਜਿਹੜਾ ਲੈ ਕੇ ਆਉਣਾ ਪੈਂਦਾ ਸੈਲਫ ਸਰਵਿਸ ਆ ਅਤੇ ਜਿਹੜਾ ਵਾ ਉਹ ਜਾ ਥੱਲੇ ਜਾ ਕੇ ਜਿਹੜਾ ਉਹ ਬਿੱਲ ਪੇ ਕਰਦੇ ਹਾਂ ਅਤੇ ਚੱਲਦੇ ਹਾਂ ਘਰ ਨੂੰ ਹੁਣ ਆਪਾਂ ਆ ਗਏ ਹਾਂ ਘਰ ਅਤੇ ਉੱਥੋਂ ਆਪਾਂ ਉਹ ਆਏ ਸੀ ਅਤੇ ਇੱਥੇ ਨਮਿਸ਼ ਨੂੰ ਸਲਾਹ ਕੇ ਗਈ ਸੀ ਮੈਂ ਅਤੇ ਨਮਿਸ਼ ਆਉਂਦਿਆਂ ਨੂੰ ਜਿਹੜਾ ਉੱਠ ਗਿਆ ਨਮਿਸ਼ ਦੀ ਅੱਖਾਂ ਦੇ ਹਿਸਾਬ ਲਾ ਸਕਦੇ ਕਿ ਨਮਿਸ਼ ਜਿਹੜਾ ਉਹ ਠੀਕ ਨਹੀਂ ਹੈਗਾ ਇਹਨੂੰ ਜ਼ੁਕਾਮ ਅਤੇ ਖਾਂਸੀ ਲੱਗੀ ਹੋਈ ਆ ਅਤੇ ਇਹਨੂੰ ਇਸ ਕਰਕੇ ਮੈਂ ਸਵਾ ਕੇ ਅਤੇ ਫਿਰ ਗਈ ਕਿ ਇਹਨੇ ਉੱਥੇ ਜਾ ਕੇ ਜਿਹੜਾ ਉਹ ਜੂਸ ਵਗੈਰਾ ਪੀ ਲੈਣਾ ਫਿਰ ਇਹਨੇ ਜਿਹੜਾ ਉਹ ਹੋ ਜਾਣਾ ਬਿਮਾਰ ਹੋ ਜਾਣਾ ਇਸ ਕਰਕੇ ਇਹਨੂੰ ਸਵਾ ਕੇ ਗਈ ਅਤੇ ਆਉਂਦਿਆਂ ਜਿਹੜਾ ਉੱਠ ਗਿਆ ਸੀ ਮੈਨੂੰ ਫੋਨ ਆ ਗਿਆ ਮੈਂ ਤਾਂ ਵੀਡੀਓ ਬਣਾਉਣੀ ਸੀ ਨਾ ਸਾਡੀ ਵੀਡੀਓ ਜਿਹੜੀ ਚੰਗੀ ਲੱਗੀ ਹੋਵੇ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਬਾ ਦਿਓ ਅੱਛੀ ਲੱਗੀ ਜਾਂ ਨਹੀਂ ਲੱਗੀ ਆਪ ਬਤਾ ਦੇਣਾ ਉਸ ਚੈਨਲ ਪਰ ਹਾਂ ਔਰ ਕੁਛ ਨਹੀਂ।